ਪੁਲਿਸ ਦੀ ਐਡੀ ਜ਼ਿਆਦਾ ਦਖਲ ਅੰਦਾਜ਼ੀ ਜਿਹੜੀ ਉਹ ਗਲਤ ਆ ਕਿ ਯੂਨੀਵਰਸਿਟੀ ਦੇ ਵਿੱਚ ਬਾਏ ਲਾਓ ਪੁਲਿਸ ਜਿਹੜੀ ਆ ਲਾਠੀ ਚਾਰਜ ਨਹੀਂ ਕਰ ਸਕਦੀ। ਪਰ ਇਹ ਤੁਸੀਂ ਵੇਖੋ ਜਦੋਂ ਇਲੈਕਸ਼ਨਾਂ ਵੀ ਹੁੰਦੀਆਂ ਉਦੋਂ ਐਡੇ ਐਡੇ ਵੱਡੇ ਹਥਿਆਰ ਇਹਨਾਂ ਦੇ ਕੋਲ ਹੁੰਦੇ, ਹੁਣ ਵੀ ਜਿਹੜੀਆਂ ਪ੍ਰੋਟੈਸਟ ਹੋਏ ਆ ਉਹਨਾਂ 'ਚ ਇਹਨਾਂ ਦੇ ਕੋਲ ਹਥਿਆਰ ਨੇ। ਇੱਕ ਤਾਂ ਸਾਡੀ ਇੱਕ ਗੱਲ ਪੱਕੀ ਆ ਵੀ ਅਸੀਂ ਉੱਠਾਂਗੇ ਉਦੋਂ ਜਦੋਂ ਇੱਥੇ ਸਾਡੀ ਡੇਟ ਅਨਾਊਂਸ ਹੋ ਗਈ ਸੈਨੇਟ ਦੀ। ਤਾਨਾਸ਼ਾਹੀ ਚੱਲ ਰਹੀ ਆ, ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੈਗਾ, ਡਾਇਲੋਗ 'ਚ ਹੁੰਦੇ ਨਹੀਂ ਆ, ਇਹ ਆ ਵੀ ਡਾਂਗਾਂ ਸੋਟੀਆਂ ਮਾਰ ਕੇ ਇਹਨਾਂ ਨੂੰ ਖਿੰਡਾ ਦਈਏ। ਅਗਲੀ ਕਾਲ ਅਸੀਂ ਸਾਰੀਆਂ ਪੰਜਾਬ ਦੀਆਂ ਜਿੰਨੇ ਵੀ MLA ਨੇ, ਜਿੰਨੀਆਂ ਵੀ ਰਾਜਕਰਤਾ ਧਿਰਾਂ ਨੇ, ਚਾਹੇ ਸਰਕਾਰ 'ਚ ਨੇ ਭਾਵੇਂ ਦੂਜੀਆਂ ਨੇ, ਸਾਰਿਆਂ ਦੀ ਇੱਕ ਮੀਟਿੰਗ ਰੱਖਾਂਗੇ ਅਤੇ ਉਹ ਇਸ ਗੱਲ 'ਤੇ ਜ਼ੋਰ ਦੇਣਾ ਹੈ ਵੀ ਵਿਧਾਨ ਸਭਾ 'ਚ ਹੁਣ ਇਹਦਾ ਮੁਤਾਬਿਕ ਵੀ। ਬਹੁਤ ਸਾਰੇ ਸੰਕਟਾਂ ਦੇ ਵਿੱਚੋਂ ਇੰਨੀ ਦਿਨੀ ਪੰਜਾਬ ਗੁਜ਼ਰ ਰਿਹਾ, ਇੱਕ ਪਾਸੇ ਜਿੱਥੇ ਪੰਜਾਬ ਦੇ ਉੱਤੇ ਸਿਆਸੀ ਸੰਕਟ ਹੈ, ਉੱਧਰ ਦੂਜੇ ਪਾਸੇ ਪੰਜਾਬ ਦੇ ਉੱਤੇ ਭੂਗੋਲਿਕ ਸੰਕਟ ਵੀ ਬਹੁਤ ਵੱਡੇ ਪੱਧਰ 'ਤੇ ਹੈ। ਪਰ ਇਹਨਾਂ ਸਭ ਦੇ ਵਿਚਕਾਰ ਪੰਜਾਬ ਦੀ ਪਹਿਚਾਣ ਪੰਜਾਬ ਯੂਨੀਵਰਸਿਟੀ ਹੈ। ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਇੱਕੋ ਇੱਕ ਅਜਿਹੀ ਚੀਜ਼ ਜਿਹਦੇ 'ਤੇ ਪੰਜਾਬ ਦਾਅਵੇਦਾਰੀ ਰੱਖਦਾ, ਯੂਨੀਵਰਸਿਟੀ ਦੇ ਵਿੱਚ ਵੀ ਪ੍ਰੋਟੈਸਟ ਚੱਲ ਰਹੇ ਨੇ, ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਬਹੁਤ ਸਾਰਾ ਵਿਵਾਦ ਹੁੰਦਾ ਹੈ। ਸਟੂਡੈਂਟਾਂ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਤਰੀਕੇ ਨਾਲ ਤਸ਼ੱਦਦ ਕੀਤਾ ਜਾਂਦਾ ਜਿਵੇਂ ਕੋਈ ਵੱਖਰੇ ਮੁਲਕ ਦੇ ਵਿੱਚੋਂ ਆਏ ਹੋਏ ਲੋਕ ਪੁਲਿਸ ਦੇ ਵਿੱਚੋਂ ਗੁਜ਼ਰ ਰਹੇ ਹੋਣ। ਗੱਲਬਾਤ ਕਰਾਂਗੇ ਬਾਈ ਰਿਮਲ, ਸਾਡੇ ਨਾਲ ਵਿਦਿਆਰਥੀ ਜਥੇਬੰਦੀ ਸਾਥ ਤੋਂ ਮੌਜੂਦ ਨੇ। ਬਈ, ਤਸਵੀਰਾਂ ਯੂਨੀਵਰਸਿਟੀ ਦੇ ਵਿੱਚ ਇੱਕ ਮਹੀਨੇ ਦੇ ਅੰਦਰ 2 ਦੇ ਕਰੀਬ ਅਜਿਹੀਆਂ ਤਸਵੀਰਾਂ ਹੁਣ ਤੱਕ ਬਣ ਲਈਆਂ ਜਦੋਂ ਪੁਲਿਸ ਪ੍ਰਸ਼ਾਸਨ ਅਤੇ ਵਿਦਿਆਰਥੀ ਇਸ ਕਦਰ ਆਹਮੋ ਸਾਹਮਣੇ ਹੋਏ ਜਿਵੇਂ ਕਿਸੇ ਵੱਡੀ ਪੋਲੀਟੀਕਲ ਧਿਰ ਨੇ ਦੂਜੀ ਪੋਲੀਟੀਕਲ ਧਿਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਨਾ ਹੋਵੇ। ਕਾਰਨ ਕੀ ਬਣਦਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਇੱਥੋਂ ਤੱਕ ਹਾਲਾਤ ਪਹੁੰਚਦੇ ਨੇ ਕਿ ਪੁਲਿਸ ਤੁਹਾਨੂੰ ਧੂਹ ਧੂਹ ਕੇ ਪਰੇ ਸੁੱਟਦੀ ਆ? ਇਹ ਤਾਂ ਬਈ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਵੀ ਪੁਲਿਸ ਦੀ ਐਡੀ ਜ਼ਿਆਦਾ ਦਖਲ ਅੰਦਾਜ਼ੀ ਜਿਹੜੀ ਉਹ ਗਲਤ ਆ ਵੀ ਯੂਨੀਵਰਸਿਟੀ ਦੇ ਵਿੱਚ ਬਾਏ ਲਾਓ ਪੁਲਿਸ ਜਿਹੜੀ ਆ ਲਾਠੀ ਚਾਰਜ ਨਹੀਂ ਕਰ ਸਕਦੀ, ਨਾਲ ਹਥਿਆਰ ਤਾਂ ਬਿਲਕੁਲ ਨਹੀਂ ਲਿਆ ਸਕਦੇ ਹੁੰਦੇ। ਪਰ ਇਹ ਤੁਸੀਂ ਵੇਖੋ ਜਦੋਂ ਇਲੈਕਸ਼ਨਾਂ ਵੀ ਹੁੰਦੀਆਂ ਉਦੋਂ ਐਡੇ ਐਡੇ ਵੱਡੇ ਹਥਿਆਰ ਇਹਨਾਂ ਦੇ ਕੋਲ ਹੁੰਦੇ, ਹੁਣ ਵੀ ਜਿਹੜੇ ਪ੍ਰੋਟੈਸਟ ਹੋਏ ਆ ਉਹਨਾਂ 'ਚ ਇਹਨਾਂ ਦੇ ਕੋਲ ਹਥਿਆਰ ਨੇ। ਉਹ ਕਾਰਨ ਕੀ ਆ? ਕਿਉਂਕਿ ਇੱਥੇ ਚੱਲਦੀ ਆ ਸੈਂਟਰ ਦੀ, ਪੰਜਾਬ ਯੂਨੀਵਰਸਿਟੀ ਦਾ ਦਾਅਵਾ ਪੰਜਾਬ ਦਾ ਨਾਮ ਮਾਤਰ ਹੀ ਆ ਵੀ ਪੰਜਾਬ ਕੋਲ ਫੰਡ ਤਾਂ ਲੈ ਲੈਂਦੇ ਆ ਪਰ ਕੋਈ ਪੋਲਿਸੀ ਮੇਕਿੰਗ ਦੀ ਗੱਲ ਹੁੰਦੀ ਉਹਦੇ 'ਚ ਸਾਰੀ ਸੈਂਟਰ ਦੀ ਲਾ ਰਹੇ ਆ। ਸੋ ਕਿਉਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆ, ਚੰਡੀਗੜ੍ਹ ਪੁਲਿਸ ਆ, ਅਗਲਿਆਂ ਪੰਜਾਬ ਦੀ ਕੋਈ ਉਹਦੇ 'ਚ ਸੇਇੰਗ ਨਹੀਂ ਹੈਗੀ, ਸੈਨੇਟ ਜਿਹੜੀ ਮਾੜਾ ਮੋਟਾ ਬਚਾ ਲੈਂਦੀ ਸੀਗੀ ਬੱਚਿਆਂ ਨੂੰ ਉਹ ਖਤਮ ਕਰਤੀ ਆ। ਸੋ ਇਹਨਾਂ 'ਤੇ ਚੈੱਕ ਐਂਡ ਬੈਲੈਂਸ ਕੋਈ ਨਹੀਂ ਹੈਗਾ, ਨਾ BC ਨੂੰ ਪੁੱਛੋ ਕਹਿੰਦੀ ਅਸੀਂ ਔਰਡਰ ਨਹੀਂ ਦਿੱਤੇ ਵੀ ਪਿੱਛੇ ਕੌਣ ਔਰਡਰ ਦੇ ਰਿਹਾ ਇਹਨਾਂ ਨੂੰ ਬੈਠਾ। ਤੋ ਸ਼ਰੇਆਮ ਧੱਕਾ ਚੱਲ ਰਿਹਾ ਯੂਨੀਵਰਸਿਟੀ 'ਚ ਇੱਦਾਂ। ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਜਦੋਂ ਤੁਹਾਡੇ 'ਤੇ ਪਹਿਲਾਂ ਪੁਲਿਸ ਦੇ ਵੱਲੋਂ ਇਸ ਤਰੀਕੇ ਨਾਲ ਤਸ਼ੱਦਦ ਕੀਤਾ ਜਾਂਦਾ ਉਦੋਂ ਕਿਹਾ ਜਾਂਦਾ ਹੈ ਕਿ ਵਿਦਿਆਰਥੀ ਜਿਹੜੇ ਨੇ ਉਹ ਪੁਲਿਸ ਦੇ ਨਾਲ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਨਹੀਂ ਚੱਲ ਰਹੇ, ਕਹਿੰਦੇ ਜੇ ਪ੍ਰਦਰਸ਼ਨ ਕਰਨਾ ਤਾਂ ਪੁਲਿਸ ਨੂੰ ਪਹਿਲਾਂ ਉਸ ਦੇ ਬਾਰੇ ਦੱਸਿਆ ਹੋਵੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੱਸਿਆ ਹੋਵੇ ਅਤੇ ਪੁਲਿਸ ਕਿਸੇ ਕਿਸਮ ਦੀ ਕਾਰਵਾਈ ਨਹੀਂ ਕਰੇਗੀ। ਪਰ ਅੱਜ ਤਾਂ ਮੈਨੂੰ ਲੱਗਦਾ ਤੁਸੀਂ ਬਹੁਤ ਲੰਬੇ ਦਿਨਾਂ ਤੋਂ ਤੁਸੀਂ ਪੋਸਟਿੰਗ ਲਗਾਤਾਰ ਕਰ ਰਹੇ ਸੀ ਕਿ ਅਸੀਂ ਇੱਥੇ ਧਰਨਾ ਲਾ ਰਹੇ, ਇੱਥੇ ਪ੍ਰਦਰਸ਼ਨ ਕਰ ਰਹੇ ਹਾਂ, ਪੁਲਿਸ ਦੇ ਨਾਲ ਇਸ ਵਾਰ ਵੀ ਤੁਸੀਂ ਕੋਈ ਵਾਰਤਾਲਾਪ ਨਹੀਂ ਸੀ ਕੀਤੀ ਕਿ ਅੱਜ ਪੁਲਿਸ ਤੁਹਾਨੂੰ ਧੂਹ ਧੂਹ ਕੇ ਬੈਰੀਗੇਡਾਂ ਤੱਕ ਪਰੇ ਲੈ ਕੇ ਜਾ ਰਹੀ ਸੀ, ਗੇਟਾਂ ਤੱਕ ਪਰੇ ਲੈ ਕੇ ਜਾ ਰਹੀ ਸੀ? ਇਹ ਜੀ, ਇਹ ਅੱਜ ਦੀ ਛੱਡੋ ਵੀ ਇਹ ਕਿੰਨੇ 10 ਦਿਨ ਪਹਿਲਾਂ ਦੀ ਕਾਲ ਆ। ਪਿਛਲੀ ਵਾਰ ਜਦੋਂ ਅਸੀਂ ਉਸ ਦਿਨ ਕਿਹਾ ਸੀਗਾ ਵੀ ਅਸੀਂ ਅਗਲੀ ਕਾਲ ਦੇਵਾਂਗੇ ਗੇਟ ਬੰਦ ਕਰਨ ਦੀ, ਜਿੱਦਣ ਸਾਡੇ ਤਾਂ ਪਿਛਲੀ ਵਾਰ ਲਾਠੀ ਚਾਰਜ ਹੋਇਆ, ਉੱਤੋਂ ਦੀ ਤੁਸੀਂ ਇਹ ਲਾ ਲਓ ਵੀ ਪੁਲਿਸ ਅਥੋਰਿਟੀ ਤਾਂ ਛੱਡੋ, ਪੁਲਿਸ ਨੂੰ ਪੂਰੀ ਜਾਣਕਾਰੀ ਸੀ। ਅੱਜ ਇਹਨਾਂ ਨੇ ਸਾਨੂੰ ਸਮਨ ਭੇਜੇ ਨੇ ਕੋਰਟ ਵੱਲੋਂ, ਕੋਰਟ ਵਾਲੇ ਸਮਨ ਜਿਹੜੇ ਅੱਜ ਸਾਨੂੰ ਸਵੇਰੇ ਮਿਲੇ ਉਹਦੇ 'ਚ ਇਹ ਮੈਂਸ਼ਨ ਆ ਗੱਲ ਵੀ ਬੱਚਿਆਂ ਨੇ ਅੱਗੇ ਗੇਟ ਘੇਰਨਾ। ਸੋ ਇਹ ਗੱਲ ਤਾਂ ਹੈ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ। ਪਿਛਲੀ ਵਾਰ ਇਹ ਕਹਿੰਦੇ ਵੀ ਤੁਸੀਂ CM ਸਿਕਿਉਰਿਟੀ ਬ੍ਰੀਚ ਕੀਤੀ ਆ,
ਤੁਸੀਂ ਬਿਨਾਂ ਦੱਸੇ ਗਏ ਤਾਂ ਕਰਕੇ ਅੱਜ ਨਾ ਉੱਥੇ ਕੋਈ ਸੀਐਮ ਨਾ ਕੋਈ ਸਿਕਿਉਰਿਟੀ ਬ੍ਰੀਚ ਹੋਇਆ ਅਤੇ ਦੂਜਾ ਅਸੀਂ ਪੂਰਾ ਇਨਫੋਰਮ ਕੀਤਾ ਇਨਫੋਰਮੇਸ਼ਨ ਇੱਥੋਂ ਤੱਕ ਸੀਗੀ ਕਿ ਧਰਨੇ ਤੋਂ ਪਹਿਲਾਂ ਕੋਰਟ ਵੱਲੋਂ ਸਮਨ ਆ ਰਹੇ ਉਹਦੇ 'ਚ ਲਿਖਿਆ ਹੋਇਆ ਵੀ 26 ਤਰੀਕ ਨੂੰ ਇਹਨਾਂ ਨੇ ਕਰਨਾ ਉੱਥੇ ਧਰਨਾ ਤਾਂ ਵੀ ਇਹਦਾ ਮਤਲਬ ਵੀ ਇਹਨਾਂ ਦੀ ਮੰਸ਼ਾ ਸਿਰਫ ਇਹ ਸੀਗੀ ਵੀ ਜੇ ਬੱਚੇ ਡਾਇਲੋਗ 'ਚ ਨਹੀਂ ਹਾਰਦੇ ਆ ਕਿਉਂਕਿ ਅਥੋਰੀਟੇਰੀਅਨ ਕੰਮ ਆ ਇੱਥੇ ਮਤਲਬ ਉਹ ਚੱਲ ਰਹੀ ਆ ਤਾਨਾਸ਼ਾਹੀ ਚੱਲ ਰਹੀ ਆ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੈਗਾ ਡਾਇਲੋਗ 'ਚ ਹੁੰਦੇ ਨਹੀਂ ਆ ਇਹ ਆ ਵੀ ਡਾਂਗਾਂ ਸੋਟੀਆਂ ਮਾਰ ਕੇ ਇਹਨਾਂ ਨੂੰ ਖੰਡਾ ਦਈਏ। ਤੁਸੀਂ ਵੱਡੇ ਪੱਧਰ 'ਤੇ ਤੁਹਾਡਾ ਇੱਕ ਕਹਿ ਸਕਦੇ ਹਾਂ ਕਿ ਅੱਜ ਤੁਹਾਡਾ ਸਿੱਧੇ ਤੌਰ 'ਤੇ ਕਨਫਲਿਕਟ ਕੇਂਦਰ ਦੀ ਸਰਕਾਰ ਦੇ ਨਾਲ ਹੈ, ਪੰਜਾਬ 'ਚ ਵੱਖਰੀ ਸਰਕਾਰ ਹੈ, ਪੰਜਾਬ ਦੀ ਇਹ ਬਹੁਤ ਵੱਡੀ ਧਰੋਹਰ ਹੈ ਜਿਹੜੀ ਯੂਨੀਵਰਸਿਟੀ ਨੂੰ ਬਚਾਉਣ ਦੇ ਪਾਸੇ ਤੁਸੀਂ ਤੁਰੇ ਹੋ, ਪੰਜਾਬ ਦੀ ਸਰਕਾਰ ਦਾ ਕਿੱਡਾ ਕੁ ਸਹਿਯੋਗ ਆ ਹੁਣ ਤੱਕ ਤੁਹਾਨੂੰ ਕਿ ਤੁਸੀਂ ਧਰਨੇ 'ਤੇ ਵੀ ਲਗਾਤਾਰ ਬੈਠੇ ਹੋ, ਸਿਰਫ ਲੀਡਰਾਂ ਦੇ ਆਉਣ ਤੋਂ ਬਿਨਾਂ ਹੋਰ ਕੋਈ ਸਹਿਯੋਗ ਲੀਡਰ ਕਰ ਰਹੇ ਨੇ ਹੁਣ ਤੱਕ? ਨਹੀਂ ਜੀ, ਇਹ ਤਾਂ ਤੁਹਾਨੂੰ ਕੁਛ ਲੀਡਰ ਤਾਂ ਜਿੱਦਾਂ ਆਉਂਦੇ ਵੀ ਆ, ਜੀ ਸ਼ਿਵਪ੍ਰੀਤ ਸਿੰਘ ਆਏ ਆ ਪੰਜਾਬ ਯੂਥ ਦੇ ਪ੍ਰਧਾਨ, 2-3 ਵਾਰ ਆ ਗਏ ਨੇ ਹੈ ਨਾ, ਪਰ ਜਿਹੜੇ ਪੰਜਾਬ ਸਰਕਾਰ ਆ ਵੀ ਉਹਨਾਂ ਨੇ ਮਤਲਬ ਗੱਲਾਂ 'ਚ ਸਵਾਸ਼ਨ ਦਿੱਤਾ ਪਰ ਗਰਾਊਂਡ 'ਤੇ ਹਜੇ ਤੱਕ ਕੁਛ ਨਹੀਂ। ਜੇ ਸਰਕਾਰ ਦੀ ਨੀਤ ਚੰਗੀ ਹੁੰਦੀ ਤਾਂ ਉਹ ਭਾਵੇਂ ਸਪੈਸ਼ਲ ਸੈਸ਼ਨ ਬੁਲਾ ਕੇ ਗੱਲ ਕਰਦੀ ਕਲੈਰੀਫਾਈ ਵੀ ਹਾਂ ਪੰਜਾਬ ਦੀ ਯੂਨੀਵਰਸਿਟੀ ਆ। ਇਹ ਤਾਂ ਸੈਂਟਰ ਵੀ ਗੱਲ ਬਾਰ ਬਾਰ ਕਹਿੰਦਾ ਵੀ ਜਦੋਂ ਕੋਈ ਇੱਥੇ ਪੋਲਿਸੀ ਲੱਗਦੀ ਸੈਂਟਰ ਦੀ, ਸੈਂਟਰ ਇੱਕ ਤਾਂ ਸੈਨੇਟਰਾਂ ਦੇ ਥਰੂ ਕੰਮ ਕਰਾ ਲੈਂਦਾ, ਦੂਜਾ ਇਹ ਕਹਿ ਦਿੰਦਾ ਜੀ ਸਕਸੈਸ ਸਟੇਟ ਪੰਜਾਬ ਆ, ਪੰਜਾਬ ਦੀ ਕਾਨਫਰੰਸ ਤੋਂ ਬਿਨਾਂ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਸੋ ਇਹ 1966 ਦਾ ਰੀਓਰਗਨਾਈਜੇਸ਼ਨ ਜਿਹਦੇ 'ਚ ਪੰਜਾਬ ਯੂਨੀਵਰਸਿਟੀ ਐਕਟ ਡਿਫਾਈਨ ਹੁੰਦਾ, ਉਹਦੇ 'ਚ ਇਹ ਗੱਲ ਕਹੀ ਆ ਵੀ ਕੋਈ ਵੀ ਇੱਥੇ ਫੈਸਲਾ ਹੋਊਗਾ ਪੰਜਾਬ ਸਰਕਾਰ ਦੀ ਉਹਦੇ 'ਚ ਕਾਨਫਰੰਸ ਲੈਣੀ ਬਣਦੀ। ਅਤੇ ਜੇ ਪੰਜਾਬ ਸਰਕਾਰ ਵਿਧਾਨ ਸਭਾ 'ਚ ਕਹਿ ਦੇ ਵੀ ਯੂਨੀਵਰਸਿਟੀ ਜਾਣ ਨਹੀਂ ਦਿੰਦੇ, ਸੈਨੇਟ ਭੰਗ ਨਹੀਂ ਹੋਣ ਦਿੰਦੇ, ਇਹ ਕਦੀ ਵੀ ਨਾ ਹੋਵੇ, ਕੀ ਕਾਰਨ ਆ ਵੀ ਉਸ ਉੱਤੇ ਇੱਥੇ ਆਣ ਕੇ ਤਾਂ ਆਸ਼ਵਾਸਨ ਦੇ ਦਿੱਤਾ? ਐਜੂਕੇਸ਼ਨ ਮਿਨਿਸਟਰ ਨੇ ਇਹ 1.5 ਘੰਟਾ ਗੱਲਬਾਤ ਕੀਤੀ, ਉਹ ਦਿਨ ਸਾਰੀ ਡਾਕੂਮੈਂਟੇਸ਼ਨ ਲਿਖਾਈ ਵੀ ਇਹ ਸੈਨੇਟ ਦਾ ਰੋਲ ਉਦੋਂ ਤੱਕ ਨਹੀਂ ਮੁੱਕਣਾ ਜਦੋਂ ਤੱਕ ਯੂਨੀਵਰਸਿਟੀਆਂ ਇੰਟਰ ਸਟੇਟ ਤੋਂ ਸਟੇਟ ਨਹੀਂ ਬਣਦੀ। ਵੀ ਉੱਥੇ ਸਾਨੂੰ ਪੂਰੀ ਹਾਮੀ ਭਰੀ, ਨਹੀਂ ਤੁਹਾਡੀ ਗੱਲ ਸਹੀ ਆ, ਚੰਦੂ ਮਾਜਰਾ ਜੀ ਹੁਣੀ ਆਏ ਉਹ ਕਹਿਣ ਵੀ ਨਹੀਂ ਗੱਲ ਤੁਹਾਡੀ ਸਿਆਣੀ, ਸਾਡੇ ਟਾਈਮ 'ਤੇ ਕਿਸੇ ਨੇ ਸਾਨੂੰ ਇਹ ਗੱਲਾਂ ਨਹੀਂ ਦੱਸੀਆਂ, ਹੁਣ ਦੱਸ ਕੇ ਵੀ ਬਸ ਉਹ ਸਿੰਬੋਲਿਕ ਸਾਰੇ ਆਈ ਜਾਂਦੇ ਆ ਆਪਦੀ ਉਹਦੀ ਮਾਈਲੇਜ ਵਾਸਤੇ, ਪਰ ਇੱਥੇ ਹਜੇ ਤੱਕ ਗਰਾਊਂਡ 'ਤੇ ਸਾਡਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ। ਨਵੇਂ ਬਣੇ ਮੈਂਬਰ ਪਾਰਲੀਮੈਂਟ ਵੀ ਤੁਹਾਡੇ ਇਸ ਧਰਨੇ ਦਾ ਹਿੱਸਾ ਬਣ ਕੇ ਗਏ ਨੇ, ਚਾਹੇ ਉਹ ਸਰਬਜੀਤ ਸਿੰਘ ਖਾਲਸਾ ਹੋਣੀ ਹੋਣ, ਚਾਹੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਵੀ ਆਏ ਨੇ, ਉਸ ਤੋਂ ਇਲਾਵਾ ਮਾਲਵਿੰਦਰ ਕੰਗ ਵੀ ਤੁਹਾਡੇ ਇਸ ਧਰਨੇ ਦਾ ਹਿੱਸਾ ਬਣੇ ਰਹੇ ਨੇ, ਅੱਜ ਵਿਕਰਮ ਮਜੀਠੀਆ ਹੁਣੇ ਵੀ ਆਏ, ਉਹਨਾਂ ਦੀ ਵੀ ਭੈਣ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਨੇ। ਉਹਨਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਕੱਲ੍ਹ ਦੇ ਸੈਸ਼ਨ ਦੇ ਵਿੱਚ ਜਦੋਂ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਯੂਨੀਵਰਸਿਟੀ ਦਾ ਬਹੁਤ ਵੱਡਾ ਮਸਲਾ, ਇਸ ਮਸਲੇ ਦੇ ਵੱਲ ਧਿਆਨ ਦਿਓ। ਹਾਂਜੀ, ਜਿੰਨੇ ਵੀ ਆਏ ਨੇ ਕਈਆਂ ਨੂੰ ਤਾਂ ਅਸੀਂ ਕੁਐਸਚਨ ਵੀ ਫਰੇਮ ਕਰਕੇ ਦਿੱਤੇ ਆ ਵੀ ਐਟਲੀਸਟ ਤੁਸੀਂ ਆਹ ਗੱਲਾਂ 'ਤੇ ਉੱਥੇ ਜਾ ਕੇ ਪੁੱਛੋ, ਸਵਾਲ ਲਿਖ ਕੇ ਦਿੱਤੇ, ਸਵਾਲ ਲਿਖ ਕੇ ਦਿੱਤੇ ਨੇ ਵੀ ਆਹ ਕੁਐਸਚਨ ਹੋਣੇ ਚਾਹੀਦੇ ਆ ਵੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਕਿਉਂ ਨਹੀਂ ਹੋ ਰਹੀ, ਵੀ ਪੰਜਾਬ ਅੱਜ ਦੇ ਡੇਟ 'ਚ ਇੰਟਰਸਟੇਟ ਪੰਜਾਬ ਯੂਨੀਵਰਸਿਟੀ ਇੰਟਰਸਟੇਟ ਬੋਡੀ ਕਾਰਪੋਰੇਟ ਕਿਉਂ ਆ? 1947 'ਚ 4 ਯੂਨੀਵਰਸਿਟੀਆਂ ਆਈਆਂ ਨੇ ਜਦੋਂ ਨਵਾਂ ਇੰਡੀਆ ਬਣਿਆ, ਉਹਦੇ 'ਚ ਮਦਰਾਸ ਯੂਨੀਵਰਸਿਟੀ, ਕਲਕੱਤਾ, ਬੰਬੇ ਅਤੇ ਪੰਜਾਬ ਯੂਨੀਵਰਸਿਟੀ। ਪੰਜਾਬ ਯੂਨੀਵਰਸਿਟੀ ਨੂੰ ਛੱਡ ਕੇ ਤਿੰਨੇ ਯੂਨੀਵਰਸਿਟੀਆਂ ਅੱਜ ਦੇ ਟਾਈਮ 'ਤੇ ਸਟੇਟ ਯੂਨੀਵਰਸਿਟੀਆਂ, ਸਟੇਟਾਂ ਕੋਲ ਉਹਨਾਂ ਦੀ ਨੁਮਾਇੰਦਗੀ ਆ, ਕੀ ਕਾਰਨ ਆ ਕਿ ਪੰਜਾਬ ਕੋਲ ਹੈ ਨਹੀਂ ਆ, ਨਾ ਪੰਜਾਬ ਕੋਲ ਪੰਜਾਬ ਦੇ ਪਾਣੀਆਂ ਦਾ ਕੰਟਰੋਲ, ਨਾ ਪੰਜਾਬ ਕੋਲ ਪੰਜਾਬ ਦੀ ਰਾਜਧਾਨੀ ਦਾ ਕੰਟਰੋਲ, ਅਤੇ ਉਹ ਤੋਂ ਬਾਅਦ ਨਾ ਉਹਦੇ ਕੋਲ ਆਪਣੀ ਐਜੂਕੇਸ਼ਨ 'ਤੇ ਕੰਟਰੋਲ ਹੈਗਾ? ਇਹ ਸਾਰੇ ਮੇਰਾ ਆਖਰੀ ਸਵਾਲ ਕਿ ਇਸ ਤੋਂ ਬਾਅਦ ਐਕਸ਼ਨ ਕੀ ਰਹਿਣ ਵਾਲਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਤੁਹਾਡੇ ਨਾਲ ਖਿੱਚਤੂ ਹੋਈ ਆ, ਤੁਸੀਂ ਲਗਾਤਾਰ VC ਦਾ ਆਫਿਸ ਘੇਰ ਕੇ ਬੈਠੇ ਹੋ, ਇਸ ਤੋਂ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਕਿ ਇਸੇ ਤਰੀਕੇ ਦੇ ਨਾਲ ਕਨਫਲਿਕਟ ਚੱਲਦਾ ਰਹੇਗਾ ਪੁਲਿਸ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿਚਕਾਰ, ਜਾਂ ਕਿਤੇ ਮੰਗਾਂ ਮੰਨੀਆਂ ਵੀ ਗਈਆਂ ਨੇ, ਕਿਤੇ ਕੰਕਲੂਜ਼ਨ ਦੇ ਰਹੇ ਕੱਢ ਕੇ ਯੂਨੀਵਰਸਿਟੀ ਤੁਹਾਨੂੰ? ਨਹੀਂ, ਇੱਕ ਤਾਂ ਸਾਡੀ ਇੱਕ ਗੱਲ ਪੱਕੀ ਆ ਵੀ ਅਸੀਂ ਉੱਠਾਂਗੇ ਉਦੋਂ ਜਦੋਂ ਇੱਥੇ ਸਾਡੀ ਡੇਟ ਅਨਾਊਂਸ ਹੋਊਗੀ ਸੈਨੇਟ ਦੀ। ਦੂਜੀ ਗੱਲ, ਇਹਨਾਂ ਦੇ ਜਿੰਨੇ ਕੁ ਹਾਲਾਤ ਅਸੀਂ ਵੇਖੇ, ਮੀਟਿੰਗਾਂ ਕੀਤੀਆਂ, ਯੂਨੀਵਰਸਿਟੀ ਦੀ ਬੇਵਸੀ ਆ,
ਉਹ ਬੇਵਸੀ ਵੀ ਇੱਕ ਤਰਾਸਦੀ ਕਹਿ ਸਕਦੇ ਹਾਂ ਵੀ ਵਾਈਸ ਚਾਂਸਲਰ ਤੱਕ ਦੇ ਹੱਥ 'ਚ ਕੋਈ ਪਾਵਰ ਨਹੀਂ ਹੈਗੀ ਵੀ ਚਾਂਸਲਰ ਆਪਣੇ ਹੱਥ ਫਾਈਲ ਬੈਠਾ ਨਾ ਕੋਈ ਉਹ ਜਵਾਬ ਦੇ ਰਿਹਾ ਪਿਛਲੇ 10 ਮਹੀਨੇ ਤੋਂ ਵੀ ਕੀ ਕਾਰਨ ਆ। ਸੋ ਉਹਦੇ ਨਾਲ ਹੁਣ ਕਿਉਂਕਿ ਇੱਥੋਂ ਸਾਨੂੰ ਆਸ ਘੱਟਦੀ ਜਾਂਦੀ ਆ, FIR-ਾਂ ਦਾ ਇਹਨਾਂ ਨੇ ਸਾਨੂੰ ਆਸ਼ਵਾਸਨ ਦੇ ਦਿੱਤਾ ਆ ਅਤੇ ਨਵਾਂ ਸ਼ਡਿਊਲ ਜਿਹੜਾ ਕਹਿੰਦੇ ਸਾਡੇ ਹੱਥ 'ਚ ਹੈਗਾ ਉਹ ਕੱਲ੍ਹ ਪਰਸੋਂ ਨੂੰ ਫਿਰ ਦੁਬਾਰਾ ਭੇਜਾਂਗੇ। ਸੋ ਸਾਡੀ ਟੇਕ ਉਹਨਾਂ MPਾਂ ਕੋਲ ਆ ਜਿਹੜੇ ਇੱਥੇ ਆਸ਼ਵਾਸਨ ਦੇ ਕੇ ਗਏ ਆ, ਜਿਨ੍ਹਾਂ 'ਚ ਡਾਕਟਰ ਅਮਰ ਸਿੰਘ ਵੀ ਸੀਗੇ, ਉਹਨਾਂ ਨੇ ਇੱਕ ਟਵੀਟ ਵੀ ਕੀਤਾ ਵੀ ਹੁਣ ਨਵੇਂ ਸੈਸ਼ਨ 'ਚ ਮੈਂ ਇਹ ਗੱਲਾਂ ਜਾ ਕੇ ਪੰਜਾਬ ਯੂਨੀਵਰਸਿਟੀ ਦਾ ਇੱਕ ਏਜੰਡਾ ਵਿੱਚ ਰੱਖੂੰਗਾ। ਉਸ ਤੋਂ ਇਲਾਵਾ ਬਾਕੀ ਧਰਮਵੀਰ ਗਾਂਧੀ ਉਹਨਾਂ ਨਾਲ, ਉਹਨਾਂ ਦੇ OSD ਪ੍ਰੋਫੈਸਰ ਸਾਹਿਬ ਵੀ, ਉਹਨਾਂ ਨੇ ਸਾਰੀ ਸਾਡੇ ਕੋਲ ਡਾਕੂਮੈਂਟੇਸ਼ਨ ਮੰਗੀ ਆ। ਉਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰ ਸਾਨੀ ਸਾਹਿਬ ਆਏ ਸੀ, ਵਿਕਰਮਜੀਤ ਸਿੰਘ ਸਾਨੀ, ਉਹਨਾਂ ਨੇ ਸਾਡੇ ਕੋਲ ਸਾਰੀ ਡਾਕੂਮੈਂਟੇਸ਼ਨ ਲਈ ਆ ਵੀ ਇੱਕ ਟੇਕ ਉਹਨਾਂ ਤੋਂ ਆ ਅਤੇ ਦੂਜੀ ਸਾਡੇ ਕੋਲ ਆਸ ਆ ਵੀ ਪੰਜਾਬ ਇਸ ਤੋਂ ਅਗਲੀ ਕੌਲ ਅਸੀਂ ਸਾਰੀਆਂ ਪੰਜਾਬ ਦੀਆਂ ਜਿੰਨੇ ਵੀ MLA ਨੇ, ਜਿੰਨੀਆਂ ਵੀ ਰਾਜਕਰਤਾ ਧਿਰਾਂ ਨੇ, ਚਾਹੇ ਸਰਕਾਰ 'ਚ ਨੇ ਭਾਵੇਂ ਦੂਜੀਆਂ ਨੇ, ਸਾਰਿਆਂ ਦੀ ਇੱਕ ਮੀਟਿੰਗ ਰੱਖਾਂਗੇ। ਤੋ ਇਸ ਗੱਲ 'ਤੇ ਜ਼ੋਰ ਦੇਣਾ ਹੈ ਵੀ ਵਿਧਾਨ ਸਭਾ 'ਚ ਹੁਣ ਇਹਦਾ ਮਤਾ ਆਵੇ ਵੀ। ਸੋ ਇਹ ਯੂਨੀਵਰਸਿਟੀ ਦੇ ਹਾਲਾਤ ਨੇ, ਪੰਜਾਬ ਦੀ ਵੱਡੀ ਧਰੋਹਰ ਜਿੱਥੋਂ ਜਿਹਨੂੰ ਪੰਜਾਬ ਦੀ ਸਿਆਸਤ ਦੀ ਨਰਸਰੀ ਕਿਹਾ ਜਾਂਦਾ, ਇਸ ਨਰਸਰੀ ਦੇ ਉੱਤੇ ਅੱਜ ਇੱਕ ਇਸ ਕਦਮ ਦਾ ਸੰਕਟ ਹੈ ਕਿ ਇਸ ਨੂੰ ਸਾਰੇ ਸਿਸਟਮ ਦੇ ਵਿੱਚੋਂ ਹੀ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਜਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਵਿਦਿਆਰਥੀ ਲਗਾਤਾਰ ਇਸ ਕੜਾਕੇ ਦੀ ਠੰਡ ਦੇ ਵਿੱਚ ਬੈਠੇ ਨੇ, ਦੂਜੇ ਪਾਸੇ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਲਗਾਤਾਰ ਬਹੁਤ ਬਹੁਤ ਦਾਅਵੇ ਕਰਦੇ ਨੇ, ਸੈਸ਼ਨ ਸ਼ੁਰੂ ਹੋਣ ਜਾ ਰਿਹਾ, ਪੰਜਾਬ ਨੂੰ ਤੁਹਾਡੇ ਤੋਂ ਕੋਈ ਬਹੁਤੀਆਂ ਆਸਾਂ ਨਹੀਂ, ਪੰਜਾਬ ਆਸਾਂ ਮੁਕਾ ਚੁੱਕਿਆ, ਪਰ ਜ਼ਰੂਰੀ ਗੱਲਾਂ ਨੇ ਜਦੋਂ ਪੰਜਾਬ ਦੇ ਉੱਤੇ ਆਮ ਬਣੀਆਂ, ਪੰਜਾਬ ਦੀ ਇਸ ਵੱਡੀ ਧਰੋਹਰ ਦੇ ਉੱਤੇ ਆਣ ਬਣੀਆਂ, ਅਤੇ ਇਸ ਦਾ ਸਵਾਲ ਚੁੱਕਣਾ ਸਾਡੇ ਮੈਂਬਰ ਪਾਰਲੀਮੈਂਟਾਂ ਦਾ ਬਹੁਤ ਵੱਡਾ ਫਰਜ਼ ਹੈ ਬਾਈ। ਬਹੁਤ ਬਹੁਤ ਧੰਨਵਾਦ। ਧੰਨਵਾਦ।